ਪੰਜਾਬੀ ਯੂਨੀਵਰਸਿਟੀ ਪਟਿਆਲਾ 2 ਸਾਲ ਦੀ ਬੀਐਡ ਦਾ ਸਿਲੇਬਸ ਪੈਡਾਗੋਜੀ ਆਫ ਪੰਜਾਬੀ ਟੀਚਿੰਗ ਆਫ ਪੰਜਾਬੀ 50 ਮਾਰਕਸ ਨੇ 35 ਮਾਰਕਸ ਦਾ ਪੇਪਰ ਹੋਏਗਾ 15 ਮਾਰਕਸ ਦੀ ਇੰਟਰਨਲ ਅਸੈਸਮੈਂਟ ਹੋਏਗੀ ਉਦੇਸ਼ ਨੇ ਜੋ ਸਿਲੇਬਸ ਹੈ ਉਸ ਨੂੰ ਗ੍ਰਹਿਣ ਕਰਨਾ ਜਾਣਨਾ ਸਮਝਣਾ ਉਹੀ ਉਦੇਸ਼ ਨੇ ਫੋਰ ਐਗਜ਼ਾਮਪਲ ਭਾਸ਼ਾ ਦੀ ਪ੍ਰਕਿਰਤੀ ਨੂੰ ਸਮਝਣਾ ਵਗੈਰਾ ਇਸ ਤਰ੍ਹਾਂ ਦੀਆਂ ਗੱਲਾਂ ਹੋਣਗੀਆਂ 2 ਯੂਨਿਟ ਨੇ ਭਾਗ ਊੜਾ ਤੇ ਐੜਾ ਦੋਨਾਂ ਯੂਨਿਟਸ ਦੇ ਵਿੱਚ ਜਿਹੜਾ ਸਿਲੇਬਸ ਹੈ ਉਸਦਾ ਪੈਟਰਨ ਜੋ ਬਦਲ ਗਿਆ ਹੈ ਉਹ ਨਾਲ ਨਾਲ ਡਿਸਕਸ ਕਰਾਂਗਾ ਇਹ ਸਮਝ ਲੈਣਾ ਕਿ ਇਸ ਭਾਗ ਵਿੱਚੋਂ 2 ਕੁਐਸਚਨ ਆਉਣੇ ਹਨ 12 ਮਾਰਕਸ ਦੇ ਇੱਕ ਤੁਸੀਂ ਕਰਨਾ ਹੈ ਇਸ ਭਾਗ ਵਿੱਚੋਂ ਵੀ 2 ਕੁਐਸਚਨ ਆਉਣੇ ਹਨ ਇੱਕ ਕੁਐਸਚਨ ਤੁਸੀਂ ਕਰਨਾ ਹੈ 12 ਮਾਰਕਸ ਦਾ ਹੋ ਗਿਆ 5 ਕੁਐਸਚਨ ਆਉਣਗੇ 2 ਮਾਰਕਸ ਦੇ ਸਾਰੇ ਪੇਪਰ ਦੇ ਵਿੱਚੋਂ ਇੱਕ ਕੁਐਸਚਨ ਆਏਗਾ ਆਬਜੈਕਟਿਵ ਟਾਈਪ 1 ਨੰਬਰ ਦਾ ਹੋਏਗਾ ਇਹ ਟੋਟਲ 35 ਮਾਰਕਸ ਦਾ ਹੋਏਗਾ ਸਭ ਤੋਂ ਪਹਿਲਾਂ ਹੈ ਇਸ ਨੂੰ ਭਾਸ਼ਾ ਦੀ ਪ੍ਰਕਿਰਤੀ ਬਹੁਤ ਈਜ਼ੀ ਹੈ ਭਾਸ਼ਾ ਦਾ ਸੁਭਾਅ ਦੱਸਣਾ ਹੈ ਵਿਚਾਰ ਸੰਚਾਰ ਹੈ ਸਿੰਬੋਲਿਕ ਹੈ ਜਿਵੇਂ ਇਹ ਵੀ ਸਿੰਬਲ ਨੇ ਸੰਕੇਤ ਨੇ ਹੈ ਨਾ ਰੀਪ੍ਰਜੈਂਟ ਕਰਦੇ ਨੇ ਕਿਸੇ ਹੋਰ ਨੂੰ ਅਰਥ ਨੂੰ ਭਾਸ਼ਾ ਪਰਿਵਰਤਨਸ਼ੀਲ ਹੈ ਗਤੀਸ਼ੀਲ ਹੈ ਕ੍ਰੀਏਟਿਵ ਹੈ ਇਹ ਦਿਮਾਗ ਦੀ ਉਪਜ ਹੈ ਇਨਸਾਨੀ ਉਪਜ ਹੈ ਪਰਮਾਤਮਾ ਨੇ ਨਹੀਂ ਦਿੱਤੀ ਹੋਈ ਸੋ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾਣਗੀਆਂ ਭਾਸ਼ਾ ਇਹ ਅੱਛਾ ਇੱਕ ਪ੍ਰਬੰਧ ਹੈ ਸੋ ਇਸ ਤਰ੍ਹਾਂ ਦੀਆਂ ਗੱਲਾਂ ਇਹ ਪੁਆਇੰਟ ਕੀਤੇ ਜਾਣਗੇ ਬੜੇ ਲੰਬੇ ਪੁਆਇੰਟ ਆਪਣੀ ਬੁੱਕ ਵਿੱਚ ਬਣਾਏ ਹੋਏ ਨੇ ਜੇ ਤੁਸੀਂ ਚਾਹੋ ਤਾਂ ਦੇਖ ਸਕਦੇ ਹੋ ਭਾਸ਼ਾ ਦੀ ਉਤਪਤੀ ਦੇ ਸਿਧਾਂਤ ਈਜ਼ੀ ਹੈ ਕੋਈ ਕਹੇਗਾ ਦੇਵਤਿਆਂ ਨੇ ਬਣਾਈ ਹੈ ਕੁਦਰਤ ਵਿੱਚੋਂ ਬਣੀ ਹੈ ਪੰਛੀਆਂ ਤੋਂ ਅਸੀਂ ਆਵਾਜ਼ਾਂ ਦੇ ਨਾਲ ਹੌਲੀ ਹੌਲੀ ਬਣਾਈ ਹੈ ਕੋਈ ਕਹੇਗਾ ਐਵੋਲੂਸ਼ਨ ਹੋਇਆ ਹੈ ਹੌਲੀ ਹੌਲੀ ਵਿਕਸਿਤ ਹੋਈ ਹੈ ਹਾਂ ਸੋ ਇਸ ਤਰ੍ਹਾਂ ਦੇ ਸਿਧਾਂਤਾਂ ਦੀ ਗੱਲ ਹੋਏਗੀ ਪੰਜਾਬੀ ਭਾਸ਼ਾ ਦਾ ਨਿਕਾਸ ਜਨਮ ਕਿੱਦਾਂ ਹੋਇਆ ਅਤੇ ਵਿਕਾਸ ਕਿੱਦਾਂ ਹੋਇਆ ਇੱਥੇ ਵਿੱਚ ਭਾਸ਼ਾਈ ਪਰਿਵਾਰ ਸਮਝੇ ਜਾਣਗੇ ਵਰਲਡ ਦੇ ਭਾਸ਼ਾਈ ਪਰਿਵਾਰ ਉੱਥੋਂ ਫਿਰ ਇੰਡੋ ਆਰੀਅਨ ਭਾਸ਼ਾਈ ਪਰਿਵਾਰ ਉਹਦੇ ਵਿੱਚੋਂ ਫਿਰ ਕਿੱਦਾਂ ਸੰਸਕ੍ਰਿਤ ਕਲਾਸੀਕਲ ਸੰਸਕ੍ਰਿਤ ਫਿਰ ਸੰਸਕ੍ਰਿਤ ਹੈ ਨਾ ਉਹਦੇ ਵਿੱਚੋਂ ਪੰਜਾਬੀ ਭਾਸ਼ਾ ਨਿਕਲੀ ਹੈ ਨਾਲ ਨਾਲ ਹਿੰਦੀ ਨਿਕਲੀ ਹੈ ਪ੍ਰਕਿਰਤਾਂ ਦੀ ਗੱਲ ਹੋਏਗੀ ਅਪਭ੍ਰੰਸ਼ ਭਾਸ਼ਾਵਾਂ ਜੋ ਉਸ ਤੋਂ ਹੌਲੀ ਹੌਲੀ ਵਿਛੜ ਕੇ ਕਿਉਂਕਿ ਕਲਾਸ ਇਹਦੇ ਵਿੱਚ ਨੁਕਤਾ ਕੀ ਹੈ ਵਿਕਾਸ ਕਿਸ ਤਰ੍ਹਾਂ ਹੋਇਆ ਜਨਮ ਕਿਸ ਤਰ੍ਹਾਂ ਹੋਇਆ ਭਾਸ਼ਾ ਪਹਿਲਾਂ ਕਲਾਸੀਕਲ ਸੰਸਕ੍ਰਿਤੀ ਹੀ ਸੀ ਲੇਕਿਨ ਜਿਹੜੇ ਧਾਰਮਿਕ ਲੋਕ ਸੀ ਉਹ ਕਹਿੰਦੇ ਸੀ ਕਿ ਜਿਹੜੀ ਸੰਸਕ੍ਰਿਤ ਹੈ ਇਹ ਸਿਰਫ ਉਚੇਰੀ ਵਰਗ ਦੇ ਲੋਕਾਂ ਦੇ ਲਈ ਹੈ ਅਤੇ ਤੁਸੀਂ ਲੋਕ ਇਹ ਭਾਸ਼ਾ ਨਹੀਂ ਬੋਲ ਸਕਦੇ ਅਤੇ ਕੁਦਰਤੀ ਹੈ ਕਿ ਉਹਨਾਂ ਲੋਕਾਂ ਵਿੱਚ ਹੋਰ ਭਾਸ਼ਾ ਥੋੜ੍ਹੀ ਆਸਾਨ ਭਾਸ਼ਾ ਵਿਕਸਿਤ ਹੋਣੀ ਸ਼ੁਰੂ ਹੋ ਗਈ ਉਹ ਕਲਾਸੀਕਲ ਸੰਸਕ੍ਰਿਤ ਤੋਂ ਸੰਸਕ੍ਰਿਤ ਤੋਂ ਫਿਰ ਇਸੇ ਤਰ੍ਹਾਂ ਬੰਧਨ ਲੱਗੇ ਹੈ ਨਾ ਕਿ ਧਰਮ ਦੀ ਭਾਸ਼ਾ ਹੈ ਇਸ ਦੀ ਭਾਸ਼ਾ ਹੈ ਇਸ ਤਰ੍ਹਾਂ ਇਹਦਾ ਵਿਕਾਸ ਹੋਇਆ ਨਿਕਾਸ ਹੋਇਆ ਵਿਕਾਸ ਹੋਇਆ ਜਦੋਂ ਭਾਸ਼ਾ ਜਨਮ ਲਈ ਵਿਕਾਸ ਵਿੱਚ ਸਾਹਿਤ ਪੰਜਾਬੀ ਵਿੱਚ ਛਪਣਾ ਸ਼ੁਰੂ ਹੋ ਗਿਆ ਹੈ ਨਾ ਪੁਰਾਤਨ ਸਾਹਿਤ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਆ ਜਾਏਗੀ ਹੈ ਨਾ ਅਤੇ ਉਸ ਤੋਂ ਬਾਅਦ ਆਧੁਨਿਕ ਜਿਹੜਾ ਹੈ ਲਿਟਰੇਚਰ ਹੈ ਵਿਕਾਸ ਵਿੱਚ ਕੀ ਅੱਖਰਾਂ ਦਾ ਜਿਹੜੇ ਜੋੜ ਤੋੜ ਹੋਇਆ ਹੈ ਉਸ ਦੀ ਗੱਲ ਕੀਤੀ ਜਾਏਗੀ ਥੋੜ੍ਹੀ ਟੈਕਨੀਕਲ ਇਹ ਜਿਹੜਾ ਹੈ ਪ੍ਰਸ਼ਨ ਉੱਤਰ ਹੋਏਗਾ ਅਜੋਕੇ ਦੌਰ ਵਿੱਚ ਪੰਜਾਬੀ ਭਾਸ਼ਾ ਨੂੰ ਦਰਪੇਸ਼ ਚੁਣੌਤੀਆਂ ਇੱਥੇ ਇਹਦਾ ਕੰਪੈਰੀਜ਼ਨ ਅਸੀਂ ਰਾਸ਼ਟਰੀ ਭਾਸ਼ਾ ਜਾਂ ਅੰਤਰਰਾਸ਼ਟਰੀ ਭਾਸ਼ਾ ਨਾਲ ਗੱਲ ਕਰ ਸਕਦੇ ਹਾਂ ਫਿਰ ਵੀ ਜੇ ਦੇਖੀਏ ਤਾਂ ਦਰਪੇਸ਼ ਚੁਣੌਤੀਆਂ ਦੇ ਵਿੱਚ ਅਸੀਂ 11ਵੇਂ ਨੰਬਰ 'ਤੇ ਬੋਲੇ ਜਾਣ ਵਾਲਿਆਂ ਦੀ ਗਿਣਤੀ ਵਿੱਚ ਅਸੀਂ 11ਵੇਂ ਨੰਬਰ 'ਤੇ ਆਉਂਦੇ ਹਾਂ ਕਈ ਦੇਸ਼ਾਂ ਵਿੱਚ ਸਾਡੇ ਪੰਜਾਬੀ ਦੂਜੀ ਭਾਸ਼ਾ ਹੈ ਸੋ ਇਹ ਮਾਣ ਵਾਲੀ ਵੀ ਗੱਲ ਹੈ ਹਾਂ ਜਿੱਥੇ ਕੰਟੈਂਟ ਦੀ ਗੱਲ ਆਉਂਦੀ ਹੈ ਕਿ ਸਾਨੂੰ ਅੱਜ ਵੀ ਕਿਤਾਬਾਂ ਜਿਹੜੀਆਂ ਨੇ ਅਧਿਆਪਕ ਅੱਜ ਵੀ ਇੰਗਲਿਸ਼ 'ਚ ਪੜ੍ਹਦੇ ਨੇ ਇੰਗਲਿਸ਼ 'ਚ ਪੜ੍ਹਾਉਂਦੇ ਨੇ ਮੈਨੂੰ ਵੀ ਕਹਿਣਾ ਪੈਂਦਾ ਹੈ ਕਿ ਇੰਗਲਿਸ਼ ਮੀਡੀਅਮ ਰੱਖੋ ਸੋ ਇਹ ਦਰਪੇਸ਼ ਚੁਣੌਤੀਆਂ ਹਨ ਸਾਹਿਤ ਜਿਹੜਾ ਹੈ ਟਰਾਂਸਲੇਸ਼ਨ ਦੀ ਪ੍ਰੋਬਲਮ ਹੈ ਕੰਪਿਊਟਰ ਦੇ ਵਿੱਚ ਟਰਾਂਸਲੇਸ਼ਨ 'ਚ ਜਿਹੜੀਆਂ ਗਲਤੀਆਂ ਹੋ ਜਾਂਦੀਆਂ ਹਨ ਹੈ ਨਾ ਇੰਗਲਿਸ਼ ਵਿੱਚੋਂ ਨਹੀਂ ਹੁੰਦੀਆਂ ਹਜੇ ਅਸੀਂ ਸੋਫਟਵੇਅਰ ਇੰਨੇ ਡਿਵੈਲਪ ਨਹੀਂ ਕਰ ਸਕੇ ਇਸ ਤਰ੍ਹਾਂ ਦੀਆਂ ਗੱਲਾਂ ਹੋਣਗੀਆਂ ਗੁਰਮੁਖੀ ਲਿਪੀ ਦਾ ਨਿਕਾਸ ਕਿ ਗੁਰੂਆਂ ਨੇ ਬਣਾਈ ਹੈ ਨਹੀਂ ਕਿਉਂਕਿ ਉਸ ਤੋਂ ਪਹਿਲਾਂ ਵੀ ਇਹ ਲਿਪੀ ਸੀ ਲੇਕਿਨ ਗੁਰੂਆਂ ਨੇ ਇਹਨਾਂ ਨੂੰ ਇਹਦਾ ਵਿਕਾਸ ਕਰਨ ਵਿੱਚ ਬਹੁਤ ਜ਼ਿਆਦਾ ਅਹਿਮੀਅਤ ਹੈ ਕਿਉਂਕਿ ਸਿੱਖੀਜ਼ਮ ਦਾ ਪ੍ਰਚਾਰ ਜਿਹੜਾ ਹੈ ਗੁਰਮੁਖੀ ਵਿੱਚ ਹੀ ਹੋਇਆ ਹੈ ਗੁਰੂ ਗ੍ਰੰਥ ਸਾਹਿਬ ਜਿਹੜਾ ਕਿਸ ਲਿਪੀ 'ਚ ਲਿਖਿਆ ਗਿਆ ਹੈ ਗੁਰਮੁਖੀ ਲਿਪੀ ਵਿੱਚ ਸੋ ਕਿਸ ਤਰ੍ਹਾਂ ਇਸ ਦਾ ਨਿਕਾਸ ਲਿਪੀ ਦਾ ਹੋਇਆ ਕਿਹੜੇ ਅੱਖਰ ਸਨ ਉਹ ਅੱਖਰ ਸੰਰਚਨਾ ਕੀ ਸੀ ਉਹ ਅੱਖਰਾਂ ਦੇ ਵਿੱਚ ਪਰਿਵਰਤਨ ਕੀ ਆਇਆ ਇਸ ਤਰ੍ਹਾਂ ਦੀਆਂ ਗੱਲਾਂ ਇਹਦੇ ਵਿੱਚ ਹੋਣਗੀਆਂ ਇਹਲਾ ਕੁਐਸਚਨ ਥੋੜ੍ਹਾ ਔਖਾ ਲੱਗੇਗਾ ਸ਼ਾਇਦ ਤੁਹਾਨੂੰ ਇਹ ਪੰਜਾਬੀ ਨਿਕਾਸ ਵਿਕਾਸ ਲੱਗੇਗਾ ਬਾਕੀ ਸੌਖੇ ਕੁਐਸਚਨ ਨੇ ਭਾਸ਼ਾ ਗ੍ਰਹਿਣ ਦੇ ਸੰਬੰਧੀ ਪਿਆਜੇ ਜੀਨ ਪਿਆਜੇ ਜਿਸ ਦੀ ਕੋਗਨੇਟਿਵ ਡਿਵੈਲਪਮੈਂਟ ਦੀ ਥਿਊਰੀ ਤੁਸੀਂ ਪੜ੍ਹੋਗੇ TET ਵਿੱਚ ਵੀ ਹੈ ਚੋਮਸਕੀ ਦੀ ਸਭ ਤੋਂ ਇੰਪੋਰਟੈਂਟ ਥਿਊਰੀ ਭਾਸ਼ਾ ਵਿਗਿਆਨ ਦੀ ਔਰ ਵਾਇਗੋਸਤਕੀ ਦੀ ਸਿੰਪਲ ਸ਼ਬਦ ਹੈ ਜਿਹੜਾ ਪਿਆਜੇ ਹੈ
ਇਹਦੇ ਉੱਤੇ ਪਿਆਜ ਪਿਆ ਹੈ ਇਹ ਦਿਮਾਗ ਕੋਗਨੀਟਿਵ ਗਿਆਨਾਤਮਕ ਜਿਸ ਨੂੰ ਕਹਿੰਦੇ ਹਨ ਹੈ ਨਾ ਬੌਧਿਕਤਾ ਦਿਮਾਗ ਦੇ ਜਿਹੜਾ ਹੈ ਪਰਿਵਰਤਨ ਜਿਹੜੇ ਆਉਂਦੇ ਨੇ ਵਿਕਾਸਾਤਮਕ ਪਰਿਵਰਤਨ ਹੈ ਜਦ ਤੱਕ ਬੌਧਿਕਤਾ ਵਿਕਸਿਤ ਨਹੀਂ ਹੁੰਦੀ ਇਹ ਕਹਿਣਗੇ ਤਦ ਤੱਕ ਭਾਸ਼ਾ ਨਹੀਂ ਸਿੱਖੀ ਜਾਏਗੀ ਚਮਸਕੀ ਬਾਇਓਲੋਜੀਕਲ ਕਹਿਣਗੇ ਫਿਜ਼ੀਓਲੋਜੀਕਲ ਸਰੀਰਕ ਜਿਹੜਾ ਹੈ ਇੱਥੇ ਸਰੀਰਕ ਲਿਖ ਦਿੰਦਾ ਹਾਂ ਸਰੀਰਕ ਬੇਸ ਇਸ ਨੂੰ ਬਣਾਉਂਦੇ ਨੇ ਕਿ ਸਾਡੇ ਦਿਮਾਗ ਵਿੱਚੋਂ ਕਹਿੰਦੇ ਨੇ ਕਿ ਲੈਂਗੁਏਜ ਐਕੁਜ਼ੀਸ਼ਨ ਡਿਵਾਈਸ ਜਨਮ ਤੋਂ ਹੀ ਫਿੱਟ ਹੈ ਇਨਨੇਟ ਹੈ ਜਮਾਂਦਰੂ ਹੈ ਅਤੇ ਉਹ ਇੱਦਾਂ ਦਾ ਯੰਤਰ ਹੈ ਕਿ ਮਨੁੱਖ ਭਾਸ਼ਾ ਸਿੱਖ ਸਕਦਾ ਹੈ ਸੋ ਜਿਹੜੇ ਉਹ ਪਰਿਵਾਰ ਆਰ ਪਰਿਵਾਰ 'ਚ ਰਹਿੰਦਾ ਹੈ ਆਟੋਮੈਟਿਕਲੀ ਉਹ ਸਿੱਖਣ ਲੱਗਦਾ ਹੈ ਸੋ ਬਾਇਓਲੋਜੀਕਲ ਸਰੀਰਕ ਬੇਸ ਇਹ ਦੱਸਦੇ ਨੇ ਵੈਗੋਸਤ ਕੀ ਸਮਾਜਿਕ ਬੇਸ ਦੱਸਦੇ ਨੇ ਸੋ ਇਹਦੇ ਵਿੱਚ ਜੇ ਤੁਸੀਂ ਕਰਨਾ ਹੈ ਥੋੜ੍ਹਾ ਜਿਹਾ ਪੜ੍ਹਨਾ ਹੈ ਆਪਾਂ ਪੜ੍ਹ ਵੀ ਲੈਂਦੇ ਨੇ ਕਿਉਂਕਿ ਇਹ ਸਭ ਤੋਂ ਔਖਾ ਆਸਪੈਕਟ ਤੁਹਾਡੇ ਉਹਦਾ ਹੋਏਗਾ ਮੇਰੇ ਕੋਲ ਇਹ ਪੁਆਇੰਟ ਥੋੜ੍ਹੇ ਜਿਹੇ ਬਣੇ ਹੋਏ ਨੇ ਇੱਥੇ ਹੈ ਜੀਨ ਪਿਆਜੇ ਹੈ ਵਗੋਸਤਗੀ ਹੈ ਨੋਮ ਚਮਸਕੀ ਹੈ ਸਪੈਲਿੰਗ ਗਲਤ ਹੋਣਗੇ ਇਹ ਵੀ ਦੇਖੋ ਦਰਪੇਸ਼ ਚੁਣੌਤੀਆਂ ਵਿੱਚ ਤੁਹਾਡੇ ਸਾਹਮਣੇ ਹੈ ਹੈ ਨਾ ਫੋਕਸ ਕੀ ਹੈ ਕੋਗਨੇਟਿਵ ਵਿਕਾਸ ਹੈ ਦਿਮਾਗੀ ਵਿਕਾਸ ਹੈ ਇੱਥੇ ਸਮਾਜਿਕ ਸੰਵਾਦ ਹੈ ਇਹਨਾਂ ਨੂੰ ਮੈਂ ਐਗਜ਼ਾਮਪਲ ਨਾਲ ਸਮਝਾ ਦਿੰਦਾ ਹਾਂ ਪਿਆਜੇ ਕੀ ਕਹੇਗਾ ਪਿਆਜੇ ਕਹੇਗਾ ਕਿ ਇਹ ਜਿਹੜਾ ਬੱਚਾ ਹੈ ਇਸ ਨੂੰ ਵਾਈਟ ਕਰ ਲਈਏ ਇਹ ਜਿਹੜਾ ਬੱਚਾ ਹੈ ਇਹ ਹੈ ਨਾ ਇਹ ਬੱਚਾ ਹੈ ਜਦ ਤੱਕ ਇਸਦਾ ਦਿਮਾਗ ਇਹ ਵਾਲਾ ਪਾਰਟ ਡਿਵੈਲਪ ਨਹੀਂ ਹੁੰਦਾ ਪਹਿਲਾਂ ਸੀ ਫੋਰ ਕੋਗਨੇਟਿਵ ਜਾਂ ਇੱਥੇ ਮੈਂ ਲਿਖ ਦਿੱਤਾ ਬੌਧਿਕ ਬੋਧਿਕਤਾ ਡਿਵੈਲਪ ਨਹੀਂ ਹੁੰਦੀ ਤਦ ਤੱਕ ਇਹ ਭਾਸ਼ਾ ਨਹੀਂ ਸਿੱਖ ਸਕਦਾ ਪਹਿਲਾਂ ਇਹ ਹੋਏਗਾ TET 'ਚ ਬਹੁਤ ਵਾਰ ਕੁਸ਼ਚਨ ਅਨੇਕਾਂ ਵਾਰ ਪੁੱਛਿਆ ਗਿਆ ਹੈ ਪਿਆਜੇ ਸਿਰਫ ਇਹ ਕਹਿੰਦਾ ਹੈ ਪਾਇਆ ਗੈਟ ਇੱਥੇ ਲਿਖਤਾ ਪੰਜਾਬੀ ਵਿੱਚ ਪਿਆਜੇ ਹੈ ਨਾ ਜੀਨ ਪਿਆਜੇ ਕਿ ਦਿਮਾਗ ਪਹਿਲਾਂ ਵਿਕਸਿਤ ਹੁੰਦਾ ਹੈ ਭਾਸ਼ਾ ਬਾਅਦ ਵਿੱਚ ਵਿਕਸਿਤ ਹੁੰਦੀ ਹੈ ਸੋ ਜਿਹੜਾ ਇਹ ਲਰਨਰ ਹੈ ਨਾ ਸਿੱਖਿਆਰਥੀ ਹੈ ਤੋ ਇਸਨੇ ਇੰਟਰੈਕਟ ਕਿਹਨਾਂ ਕਰਨਾ ਹੈ ਜੀਨ ਪਿਆਜੇ ਕਹਿੰਦਾ ਹੈ ਇਹ ਐਨਵਾਇਰਮੈਂਟ ਨਾਲ ਵਾਤਾਵਰਨ ਦੇ ਵਿੱਚ ਕੀ ਹੈ ਬਾਲ ਨਾਲ ਬੱਚਾ ਖੇਡਦਾ ਹੈ ਕਿਸੇ ਓਬਜੈਕਟ ਨਾਲ ਕਿਸੇ ਪਰਸਨ ਨੂੰ ਦੇਖਦਾ ਹੈ ਟੈਲੀਵਿਜ਼ਨ ਦੇਖਦਾ ਹੈ ਜਾਂ ਉਸ ਨਾਲ ਇੰਟਰੈਕਟ ਕਰਦਾ ਹੈ ਸੋ ਇਹਦੇ ਨਾਲ ਇੰਟਰੈਕਟ ਕਰਦਾ ਹੈ ਇੰਟਰੈਕਟ ਕਰਕੇ ਇਹਦੇ ਦਿਮਾਗ ਦਾ ਵਿਕਾਸ ਹੁੰਦਾ ਹੈ ਦਿਮਾਗ ਦੇ ਵਿਕਾਸ ਹੋਣ ਤੋਂ ਬਾਅਦ ਭਾਸ਼ਾ ਦਾ ਵਿਕਾਸ ਹੁੰਦਾ ਹੈ ਜਿਹੜੀ ਪ੍ਰਾਈਵੇਟ ਸਪੀਚ ਹੈ ਬੱਚਾ ਖੁਦ ਨਾਲ ਗੱਲਾਂ ਕਰਦਾ ਹੈ ਉਸ ਨੂੰ ਪਿਆਜੇ ਮਹੱਤਵ ਨਹੀਂ ਦਿੰਦਾ ਇਹੀ ਸਰ ਤੁਹਾਡਾ ਸਾਰਾ ਕੁਸ਼ਚਨ ਬਣ ਜਾਣਾ ਹੈ ਹੁਣ ਦੂਸਰੀ ਤਰਫ ਇਹ ਸਿਰਫ ਬਾਕੀ ਸਭ ਕੁਛ ਇਹ ਵਾਤਾਵਰਣ ਵੀ ਇੱਥੇ ਰਹੇਗਾ ਇਹ ਲਰਨਰ ਵੀ ਇੱਥੇ ਰਹੇਗਾ ਲੇਕਿਨ ਜਿਹੜਾ ਸਾਡੇ ਕੋਲ ਕਿਸੇ ਹੋਰ ਰੰਗ ਵਿੱਚ ਇੱਦਾਂ ਬਣਾ ਦਿੰਦਾ ਹਾਂ ਮੈਂ ਇੱਥੇ ਇਹਨੂੰ ਰੱਬ ਕਰ ਦਿੰਦੇ ਹਾਂ ਥੋੜ੍ਹਾ ਜਿਹਾ ਇਹਨੂੰ ਰੱਬ ਕਰ ਦਿੰਦੇ ਹਾਂ ਲੋ ਹੋ ਗਿਆ ਓਕੇ ਇਹ ਕਿਉਂ ਮੈਂ ਰੱਬ ਕੀਤਾ ਇਸ ਨੂੰ ਲੰਬਾ ਬੰਦਾ ਬਣਾਇਆ ਹੈ ਇਹ ਲਰਨਰ ਨਹੀਂ ਅਡਲਟ ਹੈ ਟੀਚਰ ਹੈ ਮਾਂ ਪਿਓ ਹੈ ਵੱਡੀ ਸਿਸਟਰ ਭੈਣ ਹੈ ਇਹ ਕਹਿੰਦੇ ਨੇ ਕਿ ਵਾਤਾਵਰਣ ਨਾਲ ਜਦੋਂ ਇੰਟਰੈਕਟ ਕਰਦਾ ਹੈ ਤਾਂ ਇੱਥੇ ਵਾਤਾਵਰਣ ਨਾਲ ਕੁਛ ਚੀਜ਼ਾਂ ਉਹਨੂੰ ਸਮਝ ਨਹੀਂ ਆਉਂਦੀਆਂ ਪ੍ਰੋਬਲਮ ਆਉਂਦੀ ਹੈ ਜਾਂ ਬੱਚਾ ਗਲਤ ਕੁਛ ਨੁਕਸਾਨ ਵੀ ਕਰ ਬੈਠਦਾ ਹੈ ਹੈ ਨਾ ਸੋ ਜਿਹੜਾ ਅਡਲਟ ਹੈ ਉਸ ਵਾਤਾਵਰਣ ਨੂੰ ਸਮਝਣ ਲਈ ਕੋਈ ਹਿੰਟ ਦਿੰਦਾ ਹੈ ਇਹਦੇ ਨਾਲ ਇੰਟਰੈਕਸ਼ਨ ਕਰਦਾ ਹੈ ਇਹ ਇੰਟਰੈਕਸ਼ਨ ਕਾਹਦੇ 'ਚ ਹੁੰਦਾ ਹੈ ਭਾਸ਼ਾ 'ਚ ਹੁੰਦਾ ਹੈ ਸੋ ਇਹ ਸਾਰੀ ਜਿਹੜੀ ਫਿਲੋਸਫੀ ਵਾਇਗੋਸਤਕੀ ਦੀ ਹੈ ਇਹ ਵਾਇਗੋਸਤਕੀ ਦੀ ਇੱਥੇ ਲਿਖ ਦਿੰਦਾ ਹਾਂ ਇੱਥੇ ਵਾਇਗੋਤਸਕੀ ਪਿਓਰ ਇਹ ਸਾਰਾ ਤੁਹਾਡਾ TET ਦਾ ਹੀ ਸਿਲੇਬਸ ਹੈ ਇਹ ਇੰਟਰੈਕਸ਼ਨ ਜਿਹੜਾ ਹੁੰਦਾ ਹੈ ਇਹ ਇੰਟਰੈਕਸ਼ਨ ਭਾਸ਼ਾ ਦੇ ਜ਼ਰੀਏ ਹੁੰਦਾ ਹੈ ਸੰਚਾਰ ਹੁੰਦਾ ਹੈ ਇਹੀ ਇੰਟਰੈਕਸ਼ਨ ਨੂੰ ਅਸੀਂ ਕੀ ਕਹਿ ਦਿੰਦੇ ਹਾਂ ਸਮਾਜਿਕ ਜਦੋਂ ਦੋ ਜਾਣੇ ਗੱਲ ਕਰਦੇ ਹਨ ਸੋ ਇਹ ਇੰਟਰੈਕਸ਼ਨ ਇੰਟਰ ਸਬਜੈਕਟਿਵਿਟੀ ZPD ਜ਼ੋਨ ਆਫ ਪ੍ਰੋਕਸੀਮੇਟ ਡਿਵੈਲਪਮੈਂਟ ਇਹ ਕਨਸੈਪਟ ਹੈ ਅੱਗੇ ਜਾ ਕੇ ਤੁਸੀਂ ਪੜ੍ਹਨੇ ਆ ਇਹ ਜਿੱਦਾਂ ਜੇ ਜਿੰਨੀ ਇਸਦੀ ਬੌਧਿਕਤਾ ਡਿਵੈਲਪ ਹੋ ਚੁੱਕੀ ਹੈ ਉਹਦੇ ਮੁਤਾਬਕ ਇੰਟਰੈਕਟ ਕਰਦਾ ਹੈ ਅਤੇ ਉਹਦੇ ਮੁਤਾਬਕ ਹੀ ਇਹ ਵਾਤਾਵਰਣ ਚੁਣ ਕੇ ਇਹ ਜਿਹੜਾ ਅਡਲਟ ਹੈ ਵਾਤਾਵਰਣ ਉਹਦੇ ਮੁਤਾਬਕ ਚੁਣ ਕੇ ਦਿੰਦਾ ਹੈ ਉਹਨਾਂ ਇੰਟਰੈਕਟ ਕਰਦਾ ਹੈ ਅਤੇ ਇਹਦੀ ਹੈਲਪ ਕਰਦਾ ਹੈ ਇਹ ਹੈਲਪ ਨੂੰ ਕੀ ਕਿਹਾ ਜਾਂਦਾ ਹੈ ਸਕੈਫੋਲਡਿੰਗ ਹੈ ਨਾ ਕੁਛ ਨਹੀਂ ਹੈ ਇਹ ਇੱਕ ਸਪੋਰਟ ਹੈ ਹੈਲਪ ਹੈ ਇਸ ਨਾਲ ਇੰਟਰੈਕਟ ਕਰਨ ਲਈ ਜਦੋਂ ਇਹ ਇੰਟਰੈਕਟ ਕਰਦਾ ਹੈ ਤਾਂ ਬੱਚੇ ਦੀ ਭਾਸ਼ਾ ਇੱਥੇ ਹੋਰ ਵਿਕਸਿਤ ਹੋ ਰਹੀ ਹੈ ਦੂਸਰਾ ਭਾਸ਼ਾ ਪਹਿਲਾਂ ਹੈ ਅਤੇ ਬਾਅਦ ਵਿੱਚ ਉਹ ਭਾਸ਼ਾ ਦੇ ਜ਼ਰੀਏ ਜਦੋਂ ਇਹਨੂੰ ਸਮਝਦਾ ਹੈ ਅੰਡਰਸਟੈਂਡ ਕਰਦਾ ਹੈ ਇੱਥੇ ਲਿਖ ਦਿੱਤਾ ਮੈਂ ਸਮਝਦਾ ਹੈ
है ना जो समझदा है ता भाषा का पहला विकास है इंटरैक्शन है वो जिहड़ा वातावरण नूं समझदा है फिर बौद्धिकता का विकास हुंदा है। सो प्याजे ने कहा पहला बौद्धिकता है बाद विच भाषा है। वैगस्की ने कहा कि पहला भाषा है फिर जिहड़ी भाषा के जरिए इंटरैक्शन हुंदा है टीचर ते लर्नर का मम्मी पापा का बच्चे नाल ते वो जिहड़ी भाषा फिर हैल्प करती है उसके ज्ञानात्मक विकास के विच। चमस्की बिल्कुल उल्ट कह रहा है कि इस दे अंदर ही दिमाग के अंदर ही लैंग्वेज एक्विजिशन डिवाइस इसनों होर कलर कर लें हाँ तो समझ आ जाएगा इनू पिंक कर लिया लैंग्वेज एक्विजिशन डिवाइस ये पिंक वाला जो है वह क्या जा रहा है चमस्की के द्वारा। हुण पॉइंट तुसी समझ सकते हो मुख्य जिहड़े फोकस की है कोग्नेटिव संरचना है स्कीमा दी जिहड़े कंसैप्ट प्याजे ने दिते सी उच्च मुख है स्कीमा दिमाग विच जिहड़ी साडी इनफॉर्मेशन कट्ठी किसी आस्पैक्ट बारे पई हुई है बॉल बारे इनफॉर्मेशन जिहड़ी पई है बॉल दा स्कैमा है जैड पी डी जोन ऑफ प्रोक्सीमल डिवेलपमेंट वो एरिया वो वातावरण वो ऑब्जेक्ट बच्चे नूं देना जिहड़ा वो किसी की हैल्प दे नाल सीख सकता है बिना हैल्प तो सीख ना सके इत्थे हैल्प जरूर है जैड पी डी है ना। यूनीवर्सल ग्रामर की गल करता है कि साढ़े लैंग्वेज एक्विजिशन डिवाइस में ग्रामर के रूल ऑलरेडी फिट है अंदर पे हैं असी इसलिए ईजीली कर लें लेकिन एनीमल नहीं कर पाते। भाषा विकास जिहड़ा है कोग्नेटिव विकास की चर्चा मुड़ को उ है ना सोशल संवाद के विच हुंदी है यह जन्म जात है पहला तो ही बंदे दे दिमाग के अंदर है। इंटरैक्शनल रोल जिहड़ा है वातावरण नाल इंटरैक्शन करता है इत्थे मैं हुणे दिखाया है जो ये सिर्फ इंटरैक्शन वातावरण नाल करिया है तो प्याजे है जो ये इंटरैक्शन इन्ना करिया लेकिन इहदी हैल्प लै रहा उदो वैगोस्तकी है इन्नी गल है ना भाषा वतंत्र दे अंदर इंटरैक्शन सो गलतियां बहुत ने उदाहरण बा सुरलिश विच इत्थों मैं दिखा दिंदा हाँ पंजाबी विच गलतियां हन लैंग्वेज लर्निंग। अच्छा क्रिटिकल पीरियड केड़ा है जी वो भाषा वो जिहड़ा पीरियड जिहदे विच असी भाषा ज़्यादा आसानी नाल ते ज़्यादा इफेक्टिवली सीख सकते हाँ ये कहिंदे कोग्नेटिव रेडीनेस क्योंकि प्याजे ने चार स्टेजिज दित्तियां हन एक दो तीन चार है ना जो पहली स्टेज पर है सब तो घट सीखेगा जो दूजे पर आ गया रेडी हो गया हूँ ज़्यादा सीख लेगा तीजी स्टेज पर सेंसरी मोटर स्टेज प्री ऑपरेशनल स्टेज कंक्रीट ऑपरेशनल स्टेज और ये आप समझा फॉर्मर ऑपरेशनल स्टेज चंगी तरह इस थ्यूरी समझनी है सिर्फ इतने रेडीनैस का मतलब मैं तुम्हें दसिया है कि जो स्टेज इतने है वो ये रेडी नहीं है ये तो ये रेडी है जो इस स्टेज पर बच्चा पहुँच गया उदो इदा दंसैप्टली नीवे कंसैप्टली रेडी है लेकिन उपरले रेडी नहीं है सो ये रेडीनैस का कंसैप्ट है। इतने दूसरे पास वैगोस्तकी इंटरैक्शन की गल सोशल इंटरैक्शन की बार बार उही गल हो रही है इतने बायोलॉजिकल रेडीनैस की है कि जो दिमाग का दिमाग ये शरीर जिहड़ा अंदर है जिन्हों तोड़िया फाड़िया चीरिया जा सकता है उसका विकास होएगा तो होएगा ये कहिंदे ने कोग्नेटिव विकास पहला होएगा रेडी होएगा बायोलॉजिकल होएगा ये सोशल समाज किन्ना इंटरैक्ट मम्मी पापा किन्नी हैल्प करते हैं लैंग्वेज लर्निंग सीकुएंस विच है हुण स्टैप बनाए मैं है ना जिहड़ा ये वैगोस्तकी कहिंदा कि हुण दा जिहड़ा समाज है प्रेजेंट मम्मी पापा जिहड़े एनवायरमेंट है ब्रदर है दोस्त मित्र है वह किन्ना है ना ये इननेट जिहड़ा तुहानूं जीन्स के जरिए जो मिलिया होया है हैरिडिटी का प्रभाव ये दस रहे हैं हाँ सो इस तरह ना तुसी ये कर सकते हो। मेरे ख्याल में ये कंसैप्ट ही असी ज़्यादा फोकस कर लिया है। वापस चलते हाँ इन्हां दीआं धारावां बाद भाषा के बच्चे की सिक्ख्या लई महत्व बहुत ईजी है कि बच्चे का शरीरिक विकास भी हुंदा भावनात्मक विकास भी हुंदा समाजिक विकास विद्यक विकास ईवन स्पिरिचुअल विकास है ना सुनना बोलना पढ़ना जो है सारा विकास है बच्चे दे शख्सियत का विकास है। इस तरह के सिंपल पॉइंट ये आने हैं मात भाषा की सिक्ख्या के उद्देश की है सो वेरी ईजी है ये महत्व के उद्देश जिहड़े आ ये लगभग मिल जाते हैं एक भी पॉइंट याद कर लो ये वाले कर लो तो ये बन जाते ये वाले कर लो तो 80% मिलते हैं। सो मात भाषा की सिक्ख्या के सिद्धांत कड़े आ जिमें नकल का सिद्धांत कि असी नकल ना सीखते हैं जिमें प्रतिबलन का सिद्धांत जो सू समाज शाबाश दिता है स्किनर की थ्यूरी का है बिहेवियरिज्म का है ना
समाजिक नियमों का सिद्धांत है। सो इस तरह के सिद्धांत असी जिहड़े है आराम नाल करांगे। ईजी ने सिद्धांत, औखे नहीं ने पर इंपोर्टेंट है। दूसरा अपार्ट है भाषा सिक्ख्या विच सुनन ते समझन दे महत्व। हुण बहुत ईजी है ये, तुहाडे लई सब तो ईजी पार्ट यही है। तुसी सुनन दा महत्व की है, जब तक सुनांगे नहीं समझ नहीं आएगी, जब तक सुनांगे नहीं लिख नहीं सकते, जब तक सुनांगे नहीं बोल नहीं सकते, जब तक सुनांगे नहीं अपना विचार नहीं पेश कर सकते, जे सुनांगे अच्छी तरह नहीं रिश्ते नहीं अच्छे बन सकते, जे सुनांगे नहीं उस नूं तां बेकार है, है ना। उस नाद नूं सुनना भी जरूरी है, म्यूजिक नूं सुनना भी जरूरी है। सो सुनन दी महत्ता है। तुसी धार्मिक महत्ता है कि तुसी गुरुद्वारे मंदिर गिरजाघर जिथे भी जाते हो उत्थे सुनना है, अध्यापक नूं सुनना है। सो डिबेट विच डेक्लामेटेशन विच किन्ने महत्व इस तरह बन सकते हैं। नाल पर सुनन दे समझना नाल है, बोलचाल दे उदेश है ना लगभग रिपीट होंदे ने। बोलचाल हुण दो जाने गल्लां करदे आ, इह बोलचाल है। बोलचाल विच की है, मैं संदर्भ दे मुताबक कंटैक्सट दे मुताबक गल करनी है, वड्डी उम्र वाले नाल किस तरह गल करनी, छोटे नाल किस तरह गल करनी है, सोशल के किस तरह का वो रखना है, शब्दावली किस तरह की वरतनी है, मैं लहजा किस तरह का वरतना है, बोलचाल दा मेरा कंटेंट किस तरह का होना चाहिए है, सभ्यक होना चाहिए, सदाचारक नैतिक होना चाहिए है। सो इस तरह दल्ला है। मौखिक क्रियावान हाँ जड़ियाँ हैं ईजी है, अशुद्ध उच्चारण के कारण है ना कि असी गलत बोलते हाँ, गलत सुनते हाँ, अखर की गलती किताबों भी मिलती है। सो जो अशुद्ध उच्चारण के शरीरक कारण भी होंगे है, किसी वेले स्ट्रैस ज़्यादा होंगी वो कारण होंगी है, डर के कारण बच्चा टीचर तो डर के जड़ा है अशुद्ध उच्चारण कर लैंदा है ना। सो मानसिक कारण समाजिक कारण इस तरह के बनते हैं। सो अकॉर्डिंगली वो जे जिस तरह के कारण है डायग्नोज करके उसको सुधारिया जाता है। नैक्सट है पढ़ना, पढ़ना वाचन करना सिखाने के उद्देश्य है ना। हुण की है कि वह अखर डूंगा ज्ञान हासिल करना है जां इनफॉर्मेशन लेनी है जो इंग्लिश विच है उस तरह इस इहदे विच गल्लां करनियां हन। पढ़न का मतलब सिर्फ अखर का नहीं है, डूंगा पढ़ना लिटरेचर का सिंबॉलिक पढ़ना, मैटाफोरिकल जिहड़ा मुहावरे अखाण जिहड़ा है उहनां नूं समझना, जिहड़ा इन्ने कु नूं पढ़ना भी बहुत औखा हो जाता है। सो डूंगे अर्थ भी हुंदे ने पढ़न दे। जिहड़ा प्रमुख विधियां पढ़न दियां केहड़ियां हन है ना, वाचन दिया किस्मा सूक्ष्म ते स्थूल इंग्लिश विच भी कीता सी। सूक्ष्म है इंटेंस रीडिंग, उहदी आई सी आई तो इदां डूंग पै गया सी, बहुत डूंगा थोड़ा कंटेंट पढ़ना पर डूंगा पढ़ना। स्थूल है कि आ थूल दा आ वाली इहनू लंबा कर दो, कि ज़्यादा कंटेंट पढ़ना बट घट गहराई विच पढ़ना। सो एक सिलेबस का पार्ट होएगा, दूसरा नहीं सिलेबस का पार्ट होएगा है ना। एक है कि तुसी टैक्सट बुक चो पढ़ रहे हो, एक है कि टीचर कहिंदा चलो इस जिहड़ा पाठ पढ़िया है इहदे नाल संबंधित न्यूज़पेपर मैगजीन है ना ये पढ़ के आइयो कुछ अजिहा, वो फिर बाहर का हो जाता है। सो एक सूखम है एक स्थूल है। वाचन दे ढंग उच्ची पाठ मौन पाठ, छोटिया क्लासा विच जिन्हां दी जिहड़े जिहड़े छोटे बच्चे ने उन्होंने उच्ची उच्ची कवितावां याद कराईयां जांदियां हन है ना। तुसीं लाइब्रेरी च देखो, वड्डियां क्लासां च देखो मौन पाठ ज़्यादा हुंदा है, पर उच्ची पाठ उदों भी असीं वड्डे कर लैंदे हां जदों साडा परपज मैमोराइजेशन करना हुंदा है, याद करना हुंदा है। 10वीं 11वीं 12वीं च ईवन मैं UGC च मैं उच्ची उच्ची कई चीज़ां पढ़ के याद कीतियां ने। सो इहदे अपने डिफरेंस ते परपज ने। बच्चों विच चंगीआं पढ़न रुचियां उत्तेजित करन लई यतन करने हैं कि लाइब्रेरी अच्छी अच्छी होवे, उन्होंने एक्सरसाइज कॉम्पीटिशन छोटे छोटे करवाने, उन्होंने बहुत अच्छिया कवितावान टुकड़े कहानियां किताबां दसनिया है ना। सो हौली हौली रुचियां पैदा कीतियां जा सकदियां हन। लाइब्रेरी पीरियड लाना, लिखना सिखाउण दे उदेश हुण आ गए है ना। तीजा वो आ गया प्रमुख विधियां है, लिखती कम की सुधाई किस तरह करनी है, कि पहला बहुत जरूरी साइकोलॉजिकल एक पॉइंट है कि गलतियां ज़्यादा पॉजिटिव ज़्यादा देखने हैं कि नैगेटिव ज़्यादा देखने हैं। पहला पॉजिटिव ज़्यादा देखने हैं, जो बच्चे ने किसी ने 20 गलतियां कीतियां हैं पहले दिन 4-5 गलतियां ही कढ़ो है ना, फिर 4-5 गलतियां कढ़ो, सारिया गलतियां कढ़तियां बच्चे ने डिसकरेज हो जाना है, बच्चे शाबाश जरूर देनी है, जो अच्छा किया है उसनों भी रिकगनाइज करना है। सो सिंबल वरत सकते हाँ, सारा जरूरी लिखण की जरूरत नहीं है ना। फॉर एग्जाम्पल क्वेश्चन मार्क है, आई लिखता इनकम्प्लीट है, कुछ भी सिंबल है वो यूज़ किए जा सकते हैं। इस तरह
तरह सुधाई दे ढंग ये हुणे गल कर ली है, शब्द जोड़ा दीआं गलतियां ते सुधार लई यतन बहुत ईजी है, ये कुछ मतलब औखा नहीं है, सिर्फ वो प्याजे वाला औखा से वो पकड़ लिया है। एक्टिविटीज़ एनी टू फॉलोइंग डिस्कशन ऑन द प्रॉब्लम ऑफ पंजाबी लैंग्वेज एट स्कूल लैवल, इंग्लिश में लिखा है कि डिस्कशन करनी है पंजाबी भाषा स्कूल लैवल ते पंजाबी भाषा दे जिहड़ियां प्रॉब्लम आंदियां ने। आइडेंटिफिकेशन ऑफ स्पैलिंग एरर जो इंग्लिश वाला ही है पेस्ट किया होया, जिहड़े स्पैलिंग एरर शब्द जोड़ां दीआं गलतियां मुढ़ली सिक्ख्या विच जिहड़ियां हुंदियां हन ते तख्शीशी मैयर उहदे लई किहड़े करने ने उह उहनां नूं पहचानना है। ठीक है, आइडेंटिफिकेशन ऑफ उच्चारण गलतियां जिहड़ियां एलीमेंट्री लैवल ते हुंदियां हन ते उहनां नूं तख्शीश सुधारिया किदां जांदा है ना, इस दी गल है। सो बुक्स है ये वालियां मेरे ख्याल च नहीं पढ़ोगे तुसी, 35 मार्क्स है, इंटरनल असैसमेंट 15 मार्क्स की है, अटेंडेंस 3 मार्क्स की है, और रिटन असाइनमेंट प्रोजेक्ट रिस्पोंस शीट 6 मार्क्स की है, 2 मिड टर्म एग्जाम 6 नंबर के ने, इंटरनल असैसमेंट थोड़ी 15 की बनी है, और ये मैं पेपर पैटर्न तुहानू इत्थे समझा दिंदा हाँ कि ये तुहाडा सैक्शन है, इत्थे मैं सैक्शन लिख दिता है, इनू चिट्टा कलर कर लैंदे हाँ। सैक्शन हो गया पहला ऊड़ा और ऐड़ा और तीजा ईड़ी, हुण ये जिहड़े पहले दो है इन्हां दे विचों दो क्वेश्चन आने हैं, तुसी एक क्वेश्चन करना है, एक क्वेश्चन किन्ने मार्क्स का होएगा, 12 मार्क्स का, इहदे विचों भी दो क्वेश्चन आणगे, एक क्वेश्चन करना है वह किन्ने दा मार्क्स का होएगा, 12 मार्क्स का, ये सारे दोनों सारे सिलेबस चों आणगे, 5 क्वेश्चन आणगे, किन्ने मार्क्स के होणगे, 2 मार्क्स के होणगे, टोटल किन्ने हो गए, 10 मार्क्स के। सो ये हो गए 12 दूना 24 जमा 34, और 34 एक क्वेश्चन आएगा ऑब्जेक्टिव टाइप, एक मार्क्स का होएगा, ये बन के हो गए टोटल 11, टोटल ये बन गए 35 मार्क्स। सो पैटर्न ने बदल चुका है, पहला पुराने पैटर्न विच ये 10 मार्क्स दे 10 मार्क्स दे और 5 क्वेश्चन 3 मार्क्स दे आंदे सन, सो ये 15 बनते सन, 35 बनते हैं, सो ये डिवीजन का फर्क पै चुका है, इसनू ध्यान विच रखना है। मैं माफ़ी मंगता हाँ पंजाबी का पेपर नहीं मिले, जो मिलते हैं इकट्ठे पेपर तुहाडे नाल शेयर कर लैंदा हाँ, किसी भी तरह की समस्या हो गल कर सकते हो, मेरी पुरानियां किताबां SST पंजाबी सब तो पुरानियां मेरी किताबां हैं, तुसी देख भी सकते हो, SG पब्लिशर दियां हन। थैंक यू।